ਸਤਿ ਸ਼੍ਰੀ ਅਕਾਲ ਜੀ। ਕਿਤਾਬ ਖਿੜਕੀਆਂ, ਲੇਖਕ ਨਰਿੰਦਰ ਸਿੰਘ ਕਪੂਰ। ਉਦਾਹਰਣ ਨੰਬਰ 3। ਦੋਸਤੋ, ਅੱਜ ਦੀ ਉਦਾਹਰਣ ਉਹਨਾਂ ਲੋਕਾਂ ਲਈ ਹੈ ਜਿਹੜੇ ਆਪਣੇ ਦੁੱਖਾਂ ਲਈ ਰੱਬ ਨੂੰ ਜ਼ਿੰਮੇਵਾਰ ਬਣਾਉਂਦੇ ਹਨ। ਇਹ ਉਦਾਹਰਣ ਉਹਨਾਂ ਲੋਕਾਂ ਲਈ ਹੈ ਜਿਹੜੇ ਮੁਸੀਬਤਾਂ ਅਤੇ ਕਸ਼ਟਾਂ 'ਤੇ ਰੱਬ ਨੂੰ ਕੋਸਦੇ ਹਨ ਅਤੇ ਸ਼ਿਕਾਇਤਾਂ ਕਰਦੇ ਹਨ। ਇਹ ਉਦਾਹਰਣ ਵੀ ਹੈ ਅਤੇ ਕਹਾਣੀ ਵੀ। ਤਾਂ ਹੁਣ ਆਪਾਂ ਇਸ ਕਹਾਣੀ ਨੂੰ ਸ਼ੁਰੂ ਕਰਦੇ ਹਾਂ। ਲਾਨ ਟੈਨਿਸ ਗੇਮ ਦਾ ਇੱਕ ਵਰਲਡ ਚੈਂਪੀਅਨ ਪਲੇਅਰ ਹੁੰਦਾ ਸੀ ਜਿਸ ਦਾ ਨਾਮ ਆਰਥਰ ਐਸ਼ ਸੀ। ਆਰਥਰ ਐਸ਼ ਨੂੰ ਇੱਕ ਬਹੁਤ ਹੀ ਗੰਭੀਰ ਅਤੇ ਜਾਨਲੇਵਾ ਰੋਗ ਹੋ ਗਿਆ। ਦੁਨੀਆ ਭਰ ਵਿੱਚੋਂ ਟੈਨਿਸ ਪ੍ਰੇਮੀਆਂ ਅਤੇ ਉਸਦੇ ਪ੍ਰਸ਼ੰਸਕਾਂ ਨੇ ਹਮਦਰਦੀ ਭਰੇ ਸੁਨੇਹੇ ਭੇਜੇ। ਉਹਨਾਂ ਸੁਨੇਹਿਆਂ ਵਿੱਚੋਂ ਇੱਕ ਪੱਤਰ ਇਵੇਂ ਦਾ ਸੀ ਜਿਸ ਵਿੱਚ ਲਿਖਿਆ ਸੀ ਕਿ ਪਰਮਾਤਮਾ ਨੇ ਆਖਿਰ ਤੁਹਾਨੂੰ ਹੀ ਇਸ ਰੋਗ ਲਈ ਕਿਉਂ ਚੁਣਿਆ। ਆਰਥਰ ਐਸ਼ ਨੇ ਸੋਚਿਆ ਕਿ ਇਸ ਦਾ ਜਵਾਬ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਇੱਕ ਪੱਤਰ ਜਵਾਬ ਵਜੋਂ ਲਿਖਿਆ। ਉਹਨਾਂ ਜਵਾਬ ਵਿੱਚ ਲਿਖਿਆ ਕਿ ਸੰਸਾਰ ਵਿੱਚ ਹਰ ਸਾਲ 5 ਕਰੋੜ ਬੱਚੇ ਟੈਨਿਸ ਖੇਡਣਾ ਸਿੱਖਦੇ ਹਨ, ਜਿਨ੍ਹਾਂ ਵਿੱਚੋਂ 50 ਲੱਖ ਸਿੱਖਦੇ ਰਹਿੰਦੇ ਹਨ। 50,000 ਚੰਗੇ ਖਿਡਾਰੀ ਬਣ ਜਾਂਦੇ ਹਨ, 5,000 ਮੁਕਾਬਲੇ ਦੀ ਪੱਧਰ ਤੱਕ ਖੇਡਦੇ ਹਨ ਅਤੇ ਮੁਕਾਬਲਿਆਂ ਵਿੱਚ ਭਾਗ ਲੈਂਦੇ ਹਨ, ਜਿਨ੍ਹਾਂ ਵਿੱਚੋਂ 4 ਸੈਮੀਫਾਈਨਲ ਖੇਡਦੇ ਹਨ ਅਤੇ 2 ਫਾਈਨਲ ਮੁਕਾਬਲੇ ਵਿੱਚ ਖੇਡਦੇ ਹਨ, ਅਤੇ ਫਿਰ ਜਾ ਕੇ ਇੱਕ ਵਰਲਡ ਚੈਂਪੀਅਨ ਬਣਦਾ ਹੈ। ਇਸ ਲਈ ਜਦੋਂ ਮੈਂ ਵਰਲਡ ਚੈਂਪੀਅਨ ਬਣਿਆ ਸੀ ਤਾਂ ਮੈਂ ਉਦੋਂ ਰੱਬ ਨੂੰ ਨਹੀਂ ਸੀ ਪੁੱਛਿਆ ਕਿ ਆਖਿਰ ਮੈਂ ਹੀ ਕਿਉਂ ਚੈਂਪੀਅਨ ਚੁਣਿਆ ਗਿਆ ਹਾਂ। ਪਰ ਹੁਣ ਜਦੋਂ ਮੈਨੂੰ ਇਹ ਰੋਗ ਹੋ ਗਿਆ ਹੈ ਤਾਂ ਮੈਂ ਹੁਣ ਵੀ ਰੱਬ ਤੋਂ ਕਿਉਂ ਪੁੱਛਾਂ ਕਿ ਇਸ ਰੋਗ ਲਈ ਮੈਨੂੰ ਹੀ ਕਿਉਂ ਚੁਣਿਆ। ਦੋਸਤੋ, ਉਦਾਹਰਣ ਇੱਥੇ ਹੀ ਖਤਮ ਹੋ ਜਾਂਦੀ ਹੈ। ਇਸ ਵਿੱਚ ਜੋ ਸਬਕ ਹੈ ਉਹ ਬਿਲਕੁਲ ਸਾਫ਼ ਅਤੇ ਸਪੱਸ਼ਟ ਹੈ। ਜੇ ਅਸੀਂ ਚੰਗਾ ਕੰਮ ਹੋਣ 'ਤੇ ਰੱਬ ਨੂੰ ਨਹੀਂ ਕਹਿੰਦੇ ਕਿ ਮੈਂ ਹੀ ਕਿਉਂ, ਫਿਰ ਕੁਝ ਬੁਰਾ ਹੋਣ 'ਤੇ ਵੀ ਸਾਨੂੰ ਰੱਬ ਨੂੰ ਕਹਿਣ ਦਾ ਕੋਈ ਹੱਕ ਨਹੀਂ। ਵੀਡੀਓ ਨੂੰ ਦੇਖਣ ਲਈ ਧੰਨਵਾਦ।